कणक कटनी है या नहीं कटनी, ठीक है, जिहड़ी कटण योग हैगी कट देना, ठीक है। साडे नहीं आए मतलब बने हैगे पिंड साडे कार्ड होणगे जी 100 तो उत्ते ही है जी, पिछली वेर भी रख गया। ਤੁਸੀਂ ਕਿਹਾ ਨਾ ਮੇਰਾ ਵੀ ਜੋ ਡੀਪੂ ਹੋਲਡਰ ਇੱਥੋਂ ਦੇ ਹੈ। ਹਾਂਜੀ ਹਾਂ, ਉਹਦੇ ਨਾਲ ਅਲਾਗਬਾਜੀ ਰਹੀ ਆ, ਅਲਾਗਬਾਜੀ ਰਹੀ ਆ। ਪਹਿਲਾਂ ਉਹਦਾ ਕੰਡਾ ਲਾਇਆ ਹੁੰਦਾ ਸੀਗਾ ਗੱਟੂ ਗਿਆ ਸਾਫ, ਤਾਂ 30 ਕਿਲੋ ਦਾ ਗੱਟੂ ਹੁੰਦਾ, 1 ਜੀ ਦਾ ਗੱਟੂ ਹੁੰਦਾ, ਇਹ ਕੰਡਾ ਲਾ ਕੇ ਕੱਢ ਕੇ ਕਣਕ ਦਿੰਦਾ ਸੀ। ਉਸ ਗੱਲ ਤੇ ਅਸੀਂ ਲੜਾਈ ਰਹੀ, ਫਿਰ ਅਸੀਂ ਉਦੋਂ ਕੰਡਾ ਚਕਾਇਆ ਇਹਦਾ। ਉਸ ਗੱਲ ਤੇ ਮੇਰੀ ਖੈਰ ਭਾਈ, ਤੁਹਾਡਾ ਸਵਾਗਤ ਆ ਜੀ ਰੈਗੂਲਰ ਗਰਾਉਂਡ 24 ਨਿਊਜ਼ ਚੈਨਲ ਤੇ। ਮੈਂ ਤੁਹਾਡਾ ਆਪਣਾ ਰਾਜ ਗਾਲਵ। ਅੱਜ ਅਸੀਂ ਪੌਂਟੇ ਪਹੁੰਚੇ ਆ ਪਿੰਡ ਗੁਰਸਰ ਕੌਂਕੇ ਵਿਖੇ, ਜਿੱਥੇ ਕਿ जो पंजाब सरकार वालों जो नीले कार्ड जो बनाए गए हैगे आ, उन्हां दे विच बहुत नीले कार्ड पिंड दे विच कट्टे गए आ, वो की कारण हैगा जो असीं गलबात करांगे। साडे नाल पिछे जो तुसीं पिंड दे लोक वेख रहे हो, कहिंदे वी पहलां तसल्ली कर लैण वी कातों वो साडे उह नीले कार्ड कट्टे गए है, क्यों गरीबां लई जो पंजाब सरकार वालों जो कणक आउंदी हैगी आ वो एक सहायता दे रूप विच गरीब नूं मिलदी आ। तां आपां गलबात करदे हैगे आ। हाँ जी, तां की नाम है? चरणजीत जी। हाँ जी, हाँ जी, असि कणक सानू हुण मिलण लगी, गरीब जनता हैगी आ ते हुण ही साडी कट तों सानू कणक मिलदी है। हाँ जी, हुण दो वारी मिली सी, तीजी आ आई सी जी। हुण ਜਦੋਂ ਤੁਹਾਡਾ ਕਾਰਡ ਬਣਿਆ ਹੈਗਾ, ਜਦੋਂ ਦਾ ਕਾਰਡ ਬਣਿਆ ਉਹਦੇ ਕੋਲੋਂ ਤੁਹਾਨੂੰ ਕਣਕ ਮਿਲਦੀ ਹੈ? ਦੋ ਵਾਰੀ ਮਿਲੀ ਹੈ ਜੀ, ਤੁਹਾਨੂੰ ਦੱਸੀ ਤਾਂ ਜਾਨੀ ਮੈਂ। ਅੱਛਾ, ਨਵੇਂ ਹੋਣ ਜੀ, ਦੋ ਜੀਆਂ ਦੀ। ਹਾਂ ਜੀ, ਦੋ ਵਾਰੀ ਮਿਲੀ, ਤੀਜੀ ਵਾਰ ਆਈ ਹੈ ਜੀ। ਹੁਣ ਕਿੰਨੇ ਜੀਆਂ ਦੀ ਹੁਣ ਕਣਕ ਸਾਨੂੰ ਜੀ? ਦੋ ਦੀ ਆਉਂਦੀ ਸੀ, ਤੀਜੀ ਦੀ ਹੁਣ ਆਉਣ ਲੱਗੀ ਸੀ। ਐਲਕੀ ਕੱਟ ਹਾਂ ਜੀ, ਹਾਂ ਜੀ, ਹਾਂ ਜੀ, ਠੀਕ ਆ। ਡੀਪ ਹੋਲਡਰ ਕੀ ਕਹਿੰਦਾ ਜੀ ਤੁਹਾਡਾ ਕਾਰ ਕੱਟਿਆ ਗਿਆ ਹੈ? ਕੁਛ ਨਹੀਂ ਜੀ, ਉਹ ਕਹਿੰਦੇ ਕੱਟਿਆ ਗਿਆ, ਬਸ ਸਾਨੂੰ ਕੁਛ ਨਹੀਂ, ਸਾਨੂੰ ਤਾਂ ਦੱਸਿਆ ਉਹਨਾਂ ਨੇ। ਹਾਂ ਜੀ, ਠੀਕ ਹੈ। ਹਾਂ ਜੀ, ਕੀ ਨਾਮ? ਹਾਂ ਜੀ ਵੀ ਜੀ, ਸੀਮਾ ਰਣੀ ਮੇਰਾ ਨਾਮ। ਕਿੰਨਾ ਟਾਈਮ ਹੋ ਕਣਕ ਮਿਲਦੇ ਤੁਹਾਨੂੰ? ਕਣਕ ਆਪਾਂ ਨੂੰ 2 ਸਾਲ ਹੀ ਹੋਏ ਮਿਲਦਿਆਂ ਨੂੰ ਤਾਂ। ਅੱਛਾ ਜੀ, ਪਰ ਅੱਜ ਜਦੋਂ ਹੁਣ ਕਣਕ ਲੈਣ ਆਏ ਤੇ ਕਹਿੰਦੇ ਵੀ ਕਣਕ ਕੱਟੀ ਗਈ ਆ, ਕੋਈ ਰੀਜ਼ਨ ਵੀ ਦੱਸਣ ਵੀ ਕਾਹਤੋਂ ਕੱਟੀ ਗਈ। ਪਿਛਲੀ ਵਾਰ ਵੀ ਮਤਲਬ ਤੁਹਾਨੂੰ ਕਣਕ ਮਿਲੀ ਸੀਗੀ? ਮਿਲੀ ਸੀਗੀ, ਹਾਂ ਮਿਲੀ ਸੀ, ਪਰ ਉਹਨਾਂ ਨੇ ਸਾਥੋਂ ਆਧਾਰ ਕਾਰਡ ਲਏ ਸੀਗੇ, ਦੱਸਿਆ ਨਹੀਂ ਵੀ ਕਾਹਤੋਂ ਲਏ ਆ, ਤੇ ਬਸ ਕਹਿਤਾ ਵੀ ਆਧਾਰ ਕਾਰਡ ਜ਼ਰੂਰੀ ਆ, ਚਾਹੀਦੇ ਆ। ਤੇ ਉਸ ਤੋਂ ਬਾਅਦ ਜਦੋਂ ਅੱਜ ਕਣਕ ਲੈਣ ਆਏ ਤੇ ਕਹਿੰਦੇ ਕਣਕ ਨਹੀਂ ਮਿਲੀ, ਤੁਹਾਡਾ ਨਾਂ ਕੱਟਿਆ ਗਿਆ। ਮੰਗ ਕੀ ਚਾਹੁੰਦੇ ਹੈਗੇ ਜੀ? ਮਤਲਬ ਅਸੀਂ ਚਾਹੁੰਦੇ ਆ ਵੀ ਅਸੀਂ ਵੀ ਗਰੀਬ ਜਨਤਾ ਹੀ ਆ, ਅਸੀਂ ਕਿਹੜਾ ਕਿ ਬਾਲੇ ਸ਼ੌਹਕਾਰ ਆ, ਵੀ ਸਾਡੇ ਕਿਹੜਾ ਬਿਜ਼ਨਸ ਚੱਲਦੇ ਆ, ਤੇ ਕਣਕ ਜਿਵੇਂ ਇਹਨਾਂ ਨੂੰ ਮਿਲਦੀ ਹੈ ਨਾਲ ਸਾਨੂੰ ਸਾਰਿਆਂ ਨੂੰ ਮਿਲਣੀ ਚਾਹੀਦੀ ਆ। ਵੀ ਹੁਣ ਕਾਹਤੋਂ ਕੱਟੀ? ਪਹਿਲਾਂ ਕਿਉਂ ਨਾ ਇੱਕ ਵਾਰੀ ਹੋਈ? ਅੱਛਾ, ਹੁਣ ਕਾਹਤੋਂ ਕੀਤੀ ਉਹਨਾਂ ਨੇ? ਜਦੋਂ ਹੁਣ ਟਾਈਮ ਸੀਗਾ ਲੈਣ ਦਾ, ਜਦੋਂ ਹੁਣ ਤੇ ਹੁਣ ਮਹਿੰਗਾਈ ਆ ਤੇ ਹਰ ਚੀਜ਼ ਤਾਂ ਮਹਿੰਗੀ ਕਰੀ ਜਾਂਦੇ ਆ, ਤੇ ਹੁਣ ਕਣਕ ਪਿੱਛੇ ਹੁਣ ਇਹਨਾਂ ਨੇ ਕੱਟਣੀ ਸੀ, ਹੋਰ ਚੀਜ਼ਾਂ ਕੱਟਦੇ ਫਿਰ ਜੇ ਕੱਟਣੀਆਂ ਸੀ ਤਾਂ ਜੀ। ਹਾਂਜੀ, ਹਾਂਜੀ ਬਾਈ, ਕੀ ਨਾਮ ਹੈ? ਅਮਰਜੀਤ ਜੀ। ਤੁਹਾਡਾ ਵੀ ਕੱਟਿਆ ਗਿਆ? ਹਾਂਜੀ, ਮੇਰਾ ਕਾਰਡ ਵੀ ਕੱਟਿਆ ਗਿਆ। ਕਿੰਨੇ ਟਾਈਮ ਤੋਂ ਕਣਕ ਮਿਲਦੀ? ਮੈਨੂੰ 2 ਸਾਲ ਹੋ ਗਏ ਮਿਲਦੇ। ਅੱਛਾ ਜੀ, ਹਾਂਜੀ। ਹੁਣ ਕਿੰਨੇ ਜੀਆਂ ਦੀ ਕਣਕ ਹੈਗੀ ਜੀ? 4.5 ਜੀਆਂ ਦੀ ਸੀਗੀ ਕਣਕ। ਅੱਛਾ ਜੀ, ਹਾਂਜੀ, ਅੱਗੇ ਵੀ ਮਿਲਦੀ, ਮੇਰੇ ਥੋੜਾ ਟੂਈਚ ਵੀ ਨੁਕਸ ਆ ਉਹਦੇ ਕਰਕੇ ਮੇਰਾ ਕੰਮ ਵੀ ਨਹੀਂ ਹੁੰਦਾ ਵਾਲਾ। ਹਾਂਜੀ, ਤੇ ਹੁਣ ਇਹਨਾਂ ਨੇ ਕਣਕ ਕੱਟੀ, ਕਹਿੰਦੇ ਛੋਟੀ ਕਣਕ ਕੱਟੀ ਗਈ ਆ। ਮੈਂ ਤਾਂ ਇਹ ਕਹਿੰਦਾ ਵੀ ਸਾਡੀ ਇਨਕੁਆਇਰੀ ਕੀਤੀ ਜਾਵੇ ਦੁਬਾਰੇ, ਵੀ ਸਾਨੂੰ ਕੀ ਰੀਜ਼ਨ ਲੱਗਦਾ ਹੈਗਾ, ਕਿ ਉਹ ਰੀਜ਼ਨ ਦਿਖਾਇਆ ਤੁਹਾਨੂੰ ਡਿਪੋਰਟ ਨੇ? ਦੱਸਿਆ ਦੱਸਿਆ ਨਹੀਂ, ਉਹ ਕਹਿੰਦਾ ਛੋਟੀ ਕਣਕ ਕੱਟੀ ਗਈ ਹੈ ਜੀ। ਕੋਈ ਦੱਸਦੇ ਨਾ ਫੇਰ ਕੀ ਅਗਲਾ ਕਹਿੰਦਾ? ਇਹਨਾਂ ਕਹਿੰਦਾ ਵੀ ਕਣਕ ਕੱਟ ਗਿਆ। ਹਾਂ, ਛੋਟਾ ਕਾਰਡ ਕੱਟ ਜਾਣਾ ਤਾਂ ਗਾਂ ਬੋਲ ਗਏ ਨਾ? ਨਹੀਂ ਨਹੀਂ, ਹਾਂ ਨਾਮ ਬੋਲੋ ਬਲਾ ਕੀ? ਗੁਰਦੀਪ ਸਿੰਘ ਜੀ। ਹਾਂਜੀ, ਤੁਹਾਡਾ ਵੀ ਕਾਰਡ ਕੱਟਿਆ? ਹਾਂ, ਕਾਰਡ ਸਾਡਾ ਕੱਟਿਆ ਗਿਆ। ਕੀ ਕਰਦੇ? 5 ਜੀ ਆ ਜੀ। ਅੱਛਾ, ਕਿੰਨੇ ਟਾਈਮ ਤੋਂ ਕਣਕ ਮਿਲਦੀ? ਕਣਕ ਸਾਨੂੰ 3 ਸਾਲ ਤੋਂ ਮਿਲਦੀ ਰਹੀ ਆ। ਪਹਿਲਾਂ ਵੀ ਲੜੀ ਕੋਲ ਨਹੀਂ ਲੈਂਦੇ ਰਹੇ ਅਸੀਂ ਕਣਕ, ਪਹਿਲਾਂ ਸਾਡੇ 5 ਜੀਆਂ ਦੇ ਸੀਗੇ ਤੇ ਸਾਡੇ ਕਾਰਡ ਤੇ 5 ਜੀ ਸਾਨੂੰ 3 ਦੀ ਦਿੰਦਾ ਰਿਹਾ। ਪਿਛਲੀ ਵੇਰ ਸਾਨੂੰ 4 ਜੀਆਂ ਦੀ ਦਿੱਤੀ, 1 ਜੀ ਦੀ ਪਿਛਲੀ ਵੇਰ ਵੀ ਰੱਖ ਗਿਆ। ਤੁਸੀਂ ਕਿਹਾ ਨਾ ਮੇਰਾ ਵੀ ਜੋ ਡੀਪੂ ਹੋਲਡਰ ਇੱਥੋਂ ਦੇ ਹੈ? ਹਾਂਜੀ ਹਾਂ, ਉਹਦੇ ਨਾਲ ਅਲਾਗਬਾਜੀ ਰਹੀ ਆ, ਅਲਾਗਬਾਜੀ ਰਹੀ ਆ। ਪਹਿਲਾਂ ਉਹਦਾ ਕੰਡਾ ਲਾਇਆ ਹੁੰਦਾ ਸੀਗਾ ਗੱਟੂ ਗਿਆ ਸਾਫ, ਤਾਂ 30 ਕਿਲੋ ਦਾ ਗੱਟੂ ਹੁੰਦਾ, 1 ਜੀ ਦਾ ਗੱਟੂ ਹੁੰਦਾ, ਇਹ ਕੰਡਾ ਲਾ ਕੇ ਕੱਢ ਕੇ ਕਣਕ ਦਿੰਦਾ ਸੀ। ਉਸ ਗੱਲ ਤੇ ਅਸੀਂ ਲੜਾਈ ਰਹੀ, ਫਿਰ ਅਸੀਂ ਉਦੋਂ ਕੰਡਾ ਚਕਾਇਆ ਇਹਦਾ। ਉਸ ਗੱਲ ਤੇ ਮੇਰੀ ਖੈਰ ਭਾਜੀ ਰਹੀ ਹੈ ਇਹਦੇ ਨਾਲ। ਇਹਨੇ ਮੈਨੂੰ ਉਦੋਂ ਵੀ ਵਾਹਵਾ ਕੁਛ ਕਿਹਾ ਵੀ ਵੇਖਾਂਗੇ ਕਾਰਡ ਬਾਰੇ ਵੀ ਮੈਨੂੰ ਬੋਲਿਆ ਵਾ। ਉਦੋਂ ਬਾਅਦ ਪਿਛਲੀ ਵਾਰ ਮੈਂ ਇਹਨੂੰ ਕਿਹਾ ਕੁਛ ਨਹੀਂ ਗਾ, 5 ਜੀਆਂ ਦੀ ਆਈ ਆ ਸਾਡੀ, ਉਹ ਵੀ ਇਨਕੁਆਇਰੀ ਕੀਤੀ ਜਾਵੇ 5 ਦੀ ਆਈ ਆ ਕਿ 4 ਦੀ ਆਈ ਆ, ਪਰ ਮੈਨੂੰ ਇਹਨੇ ਕਣਕ 4 ਦੀ ਦਿੱਤੀ ਆ, ਮੈਂ ਫਿਰ ਵੀ ਚੁੱਪ ਕਰ ਗਿਆ। ਹੋਰ ਸਾਡੀ ਹੁਣ ਅੱਗੇ ਵਾਸਤੇ ਇਨਕੁਆਇਰੀ ਦਿੱਤੀ ਜਾ ਕੀਤੀ ਜਾਵੇ, ਅਸੀਂ ਕਣਕ ਲੈਣ ਦੇ ਹੱਕਦਾਰ ਹੈਗੇ ਆ ਜਾਂ ਨਹੀਂ ਹੈਗੇ। ਨਹੀਂ ਹੈਗੇ ਤਾਂ ਠੀਕ ਆ, ਸਾਡਾ ਕੱਟਿਆ ਜਾਵੇ, ਅਸੀਂ ਪਿਛਲੀ ਵੀ ਮੋੜਨ ਨੂੰ ਤਿਆਰ ਆ। ਜੇ ਨਹੀਂ ਹੱਕਦਾਰ ਹੈਗੇ ਤੇ ਜੇ ਹੱਕਦਾਰ ਹੈਗੇ ਫਿਰ ਸਾਡਾ ਕਾਰਡ ਕਿਉਂ ਕੱਟਿਆ ਗਿਆ? ਠੀਕ ਹੈ। ਹਾਂਜੀ, ਕੀ ਨਾਮ ਹੈ? ਹਾਂਜੀ, ਮੇਰਾ ਨਾਮ ਪਾਲ ਸਿੰਘ ਹੈ ਜੀ। ਮੇਰੇ ਮਾਤਾ ਜੀ ਆ ਬਿਓਰਗ, ਉਹਨਾਂ ਦਾ ਕਾਰਡ ਕੱਟਿਆ ਗਿਆ, ਪਿੱਛੇ ਉਹਨਾਂ ਨੂੰ ਕਣਕ ਮਿਲਦੀ ਰਹੀ ਆ ਹੁਣ ਤੱਕ। ਕਿੰਨਾ ਟਾਈਮ ਮਿਲੀ ਜੀ? ਤੇ ਕਣਕ ਤਾਂ ਸ਼ੁਰੂ ਤੋਂ ਲੈਂਦੇ ਆ ਜੀ, ਉਹ ਕੋਈ 5-6-10 ਸਾਲ ਤੋਂ ਸ਼ੁਰੂ ਤੋਂ ਬਿਓਰਗ ਬਿਲਕੁਲ ਬੈਠਦਾ ਜੀ, 70-75 ਸਾਲ ਦੇ ਹੋਣੇ ਜੀ ਉਹਨਾਂ ਦਾ ਹੁਣ ਕਾਰਡ ਕੱਟ। ਹੁਣ ਉਹਨਾਂ ਦਾ ਕਾਰਡ ਕੱਟਿਆ ਗਿਆ ਜੀ। ਦੇਖੋ ਸਾਡੀ ਕੀ ਕੰਡੀਸ਼ਨ ਹੈ, ਗਰੀਬ ਬੰਦੇ ਅਸੀਂ ਜੀ, ਕਿਉਂ ਕੱਟੀ ਗਈ ਉਹਨਾਂ ਦੀ ਕਾਰਡ ਜੀ? ਹਾਂਜੀ, ਉਹਨਾਂ ਦੀ ਨਹੀਂ ਕੱਟੀ ਜਾਣੀ ਚਾਹੀਦੀ, ਗਰੀਬ ਬੰਦਿਆਂ ਦੀ ਸਾਨੂੰ ਜ਼ਰੂਰ ਮਿਲਣੀ ਚਾਹੀਦੀ ਆ ਜੀ। ਠੀਕ ਹੈ, ਚਲੋ ਆਪਣੀ ਗੱਲਬਾਤ ਜਾਰੀ ਹੈਗੀ। ਹਾਂਜੀ, ਕੀ ਨਾਮ ਹੈ? ਮੇਰਾ ਨਾਮ ਪਵਿੱਤਰ ਸਿੰਘ ਆ ਜੀ।
ਸੁਸ਼ਾਂਤ ਸਿੰਘ ਕਣਕਾਂ ਪਹਿਲਾਂ ਮਿਲਦੀ ਸੀਗੀ ਐਤਕੀ ਕਣਕ ਇਹਨਾਂ ਨੇ ਕੱਟੀ ਆ ਸੀ ਤਾਂ ਜੀ ਵੀ ਜਾ ਰਹੀ ਆ ਹਾਂ ਤੇ ਸਾਡੇ ਹਾਲਤ ਹੁਲਤ ਦੇਖਣੀ ਚਾਹੀਦੀ ਜਾ ਕੇ ਬੰਦਾ ਗੌਰਮੈਂਟ ਪਤਾ ਨਹੀਂ ਤਾਂ ਕਰਦੀ ਹੈ ਖਾਣੀ ਕੋਈ ਪਾਰਾ ਜੀ ਕਰੀ ਕਰੀ ਜਾਂਦਾ ਦੇਖਦੇ ਹੈ ਨਹੀਂ ਕਿ ਜਿਹੜੀ ਕੱਟਣੀ ਆ ਕੱਟਣ ਵਾਲੀ ਹੈਗੀ ਹੈ ਚਲੋ ਜਾਇਜ਼ ਹੋਵੇ ਤਾਂ ਕੱਟਣ ਸਾਡੀ ਕਣਕ ਕਿੰਨੇ ਜੀਆਂ ਦੀ ਹੁਣ ਕਣਕ ਮਿਲਦੀ ਸੀਗੀ ਸਾਨੂੰ 4 ਜੀਆਂ ਦੀ ਮਿਲਦੀ ਸੀ ਕਣਕ ਕਿੰਨੇ ਟਾਈਮ ਤੋਂ ਮਿਲਦੀ ਸੀ ਇਹ ਪਹਿਲਾਂ ਤੋਂ ਮਿਲਦੀ ਸਾਨੂੰ ਕਿੰਨੇ ਟਾਈਮ ਤੋਂ ਮਤਲਬ ਜਦੋਂ ਤੋਂ ਸ਼ੁਰੂ ਹੋਈ ਹੈ ਨਾ ਕਣਕ ਕਾਟ ਬਣੇ ਆ ਸਾਡੇ ਉਦੋਂ ਤੋਂ ਮਿਲਦੀ ਸੀ ਕਣਕ ਮਿਲਦੀ ਸੀ ਹਾਂ ਅੱਜ ਪਹਿਲੀ ਵਾਰੀ ਸਾਡੀ ਕਣਕ ਕੱਟੀ ਗਈ ਹੈ ਕੋਈ ਲੱਗਦਾ ਵੀ ਡੀਪੂ ਹੋਲਡਰ ਨੇ ਕਟਾਤਾ ਹੋਊ ਕੋਈ ਗੱਲ ਜੇ ਨਹੀਂ ਅਸੀਂ ਐਵੇਂ ਬਿਨਾ ਸ਼ੱਕ ਦੇ ਹਿਸਾਬ ਨਾਲ ਕਿਵੇਂ ਕਹਿ ਦਈਏ ਜਦੋਂ ਹੁਣ ਸਾਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈਗਾ ਗੱਲ ਜੇ ਇਹ ਤਾਂ ਪਤਾ ਹੋਵੇ ਨਾ ਗੱਲ ਆ ਵੀ ਕਿਸੇ ਬੰਦੇ ਨੇ ਕੀਤੀ ਆ ਜਾਣੀ ਗਲਤ ਇਹ ਕਰਦੇ ਵੀ ਹਾਲਤ ਦੇਖਣੀ ਚਾਹੀਦੀ ਚਲੋ ਕੱਟਣ ਨੂੰ ਕਿਸੇ ਨੇ ਕਿਹਾ ਵੀ ਹੋਵੇ ਸਰਕਾਰ ਆਪਦੇ ਬੰਦੇ ਭੇਜੇ ਮੁਲਾਜ਼ਮ ਭੇਜੇ ਕੋਈ ਦੇਖੇ ਆ ਕੇ ਵੀ ਇਹ ਕੱਟਣ ਵਾਲੇ ਆ ਜਾਂ ਨਹੀਂ ਕੱਟਣ ਵਾਲੇ ਜਾਂ ਕੋਈ ਸਾਡੀ ਜਾਇਦਾਦ ਆ ਜਾਂ ਅਸੀਂ ਕੋਈ ਨਜਾਇਜ਼ ਲਾਈ ਆ ਇਹ ਸਾਰੇ ਸਰਪੰਚ ਨੂੰ ਕਹਿ ਸਕਦੇ ਫੋਨ ਕਰਨ ਵੀ ਤੁਸੀਂ ਇਨਕੁਆਇਰੀ ਕਰਕੇ ਦੱਸਣ ਜੇ ਝੂਠ ਬੋਲਣਗੇ ਫਿਰ ਹੀ ਇਹਨਾਂ ਨੂੰ ਕਹਿਣ ਵੀ ਚਲੋ ਆਪਣੇ ਨਾਲ ਪਿੰਡ ਦੇ ਜੋ ਸਰਪੰਚ ਸਾਹਿਬ ਵੀ ਆਪਣੇ ਨਾਲ ਹੈਗੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਤੁਹਾਡੇ ਮੇਰਾ ਤਾਂ ਕਹਿਣਾ ਇਹ ਹੈ ਜੀ ਇਹ ਗਰੀਬ ਜਨਤਾ ਜੀ ਇੰਨੀ ਬੈਠੀ ਆ ਸਾਡੇ ਕੋਲੇ ਹਾਲ ਤੱਕ ਕੋਈ ਵੀ ਪੰਜਾਬ ਸਰਕਾਰ ਦਾ ਬੰਦਾ ਨਹੀਂ ਆਇਆ ਹੈਗਾ ਗਾ ਉਹ ਆ ਕੇ ਪਹਿਲਾਂ ਤਾਂ ਸਾਨੂੰ ਪੁੱਛਦਾ ਵੀ ਕਿਹੜੇ ਬੰਦੇ ਦੀ ਕਣਕ ਕੱਟਣੀ ਹੈ ਜਾਂ ਨਹੀਂ ਕੱਟਣੀ ਠੀਕ ਆ ਜਿਹੜੀ ਕੱਟਣ ਯੋਗ ਹੈਗੀ ਉਹਦੀ ਕੱਟ ਦੇਣਾ ਠੀਕ ਆ ਸਾਡੇ ਕਾਰਡ ਜੀ ਮਤਲਬ ਬਣੇ ਹੈਗੇ ਪਿੰਡ ਸਾਡੇ ਕਾਰਡ ਹੋਣਗੇ ਜੀ 100 ਤੋਂ ਉੱਤੇ ਹੀ ਆ ਜੀ 100 ਤੋਂ ਕਾਰਡ ਉੱਤੇ ਆ ਅਤੇ ਅਸੀਂ ਤਾਂ ਆਪ ਕਹਿੰਦੇ ਪੰਜਾਬ ਸਰਕਾਰ ਨੂੰ ਵੀ ਆਹ ਗਰੀਬ ਬੰਦੇ ਆਹ ਬੰਦਾ ਮਰੀਜ਼ ਆ ਜੀ ਠੀਕ ਆ ਜੀ ਇਹਨਾਂ ਨੂੰ ਮਿਲ ਰਹੀ ਆ ਬਿਲਕੁਲ ਠੀਕ ਆ ਨਾ ਸਾਡੇ ਕੋਲੇ ਆ ਕੇ ਕਹਿਣ ਸਾਨੂੰ ਵੀ ਹਾਂ ਵੀ ਆਹ ਬੰਦੇ ਨਜਾਇਜ਼ ਇਹਨਾਂ ਦੀ ਵੀ ਆਪਣੇ ਕਾਰਡ ਬਣੇ ਆ ਉਹ ਕੱਟੋ ਹਾਂਜੀ ਅਸੀਂ ਕੱਟ ਦੇਵਾਂਗੇ ਠੀਕ ਆ ਨਾ ਕੋਈ ਤੁਹਾਡੇ ਤੋਂ ਪੈਨ ਮਤਲਬ ਕੋਈ ਇਨਕੁਆਇਰੀ ਨਹੀਂ ਹੋਈ ਸਾਡੀ ਕੋਈ ਇਨਕੁਆਇਰੀ ਨਹੀਂ ਹੋਈ ਹੈਗੀ ਅੱਛਾ ਜੀ ਹਾਂਜੀ ਚਲੋ ਆਪਾਂ ਡੀਪੂ ਹੋਲਡਰ ਨਾਲ ਵੀ ਆਪਾਂ ਗੱਲਬਾਤ ਕਰਦੇ ਹੈਗੇ ਆ ਜੋ ਡੀਪੂ ਹੋਲਡਰ ਹੈਗੇ ਇੱਥੋਂ ਦੇ ਹਾਂਜੀ ਡੀਪੂ ਹੋਲਡਰ ਸਾਹਿਬ ਜੀ ਇੱਕ ਮਿੰਟ ਆਓਗੇ ਤਾਂ ਤੁਸੀਂ ਬੈਠੇ ਹੋ ਆਜਾ 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 ਉੱਠ ਕੇ ਆਈਦਾ ਆਪਣੇ ਨਾਲ ਜੋ ਡੀਪੂ ਹੋਲਡਰ ਹੈਗੇ ਆ ਪਿੰਡ ਗੁਰਸਰ ਕੌਂਕੇ ਦੇ ਆਪਾਂ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਤੁਹਾਡਾ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਕਿੰਨੇ ਟਾਈਮ ਤੋਂ ਡੀਪੂ ਚਲਾ ਰਹੇ ਹੋ ਤੁਸੀਂ ਸਾਨੂੰ ਹੋ ਗਏ 15-20 ਸਾਲ ਜੀ ਕਿਹੜਾ ਪਿੰਡ ਹੈ ਤੁਹਾਡਾ ਕੌਂਕੇ ਕਲਾਂ ਜੀ ਕੌਂਕੇ ਕਲਾਂ ਡੀਪੂ ਹੋਲਡਰ ਆਪਣੇ ਕੋਲ ਮਤਲਬ ਹਾਂਜੀ ਹਾਂਜੀ ਗੁਰਸਰ ਕੌਂਕੇ ਦਾ ਹੈਗਾ ਇਹ ਆਪਣੇ ਨਾਲ ਸਪਲਾਈ ਲੱਗੀ ਹੋਈ ਹੈ ਜੀ ਅੱਛਾ ਜੀ ਹਾਂਜੀ ਜੋ ਕਾਰਡ ਕੱਟੇ ਗਏ ਹੈਗੇ ਆ ਉਹ 'ਚ ਕਿਵੇਂ ਲੱਗਦਾ ਹੈਗਾ ਤੁਹਾਡਾ ਰੋਲ ਕੀ ਹੈ ਜੀ ਨਹੀਂ ਇਹਦੇ ਬਾਰੇ ਨਾ ਸਾਨੂੰ ਨਹੀਂ ਪੁੱਛਦੇ ਜੀ ਤੁਹਾਨੂੰ ਕੋਈ ਸਾਨੂੰ ਹਾਂ ਕੁਛ ਨਹੀਂ ਪਤਾ ਹੁੰਦਾ ਅੱਛਾ ਜੀ ਵੀ ਕੀ ਕਾਰਨ ਹੈ ਕਿਉਂ ਕੱਟੇ ਜਾਂਦੇ ਆ ਹਾਂਜੀ ਵੈਸੇ ਤਾਂ ਤਕੜੇ ਲੋਕਾਂ ਨੇ ਕੱਟੇ ਜਾਣਾ ਚਾਹੀਦਾ ਪਰ ਆਪਾਂ ਨੂੰ ਨਹੀਂ ਪਤਾ ਲੱਗਦਾ ਕੀ ਕਾਰਨ ਪੌਦਾ ਕਰਦੀ ਆ ਕੋਈ ਆਉਂਦਾ ਕੋਈ ਸਰਕਾਰ ਦਾ ਨੁਮਾਇੰਦਾ ਨਹੀਂ ਹੋਲਡਰ ਨੂੰ ਪੌਦਾ ਜਾਂ ਸਰਪੰਚ ਨੂੰ ਪੌਦਾ ਹੋਵੇ ਵੀ ਕਿਸ ਆਧਾਰ ਤੇ ਕੱਟੇਗਾ ਤੋਂ ਗਏ ਮਤਲਬ ਕਾਰਨ ਕੀ ਬਣਦਾ ਹੈ ਇਹ ਨਾ ਕੋਈ ਗੁਪਤ ਸਰਵੇ ਹੁੰਦਾ ਜੀ ਇਹਨਾਂ ਦਾ ਆਪਦਾ ਆਪਾਂ ਨੂੰ ਇਹ ਬਾਰੇ ਕੋਈ ਨਹੀਂ ਇੱਕ ਮੈਂ ਗੱਲਬਾਤ ਸੁਣੀ ਆਏ ਉਮਰ ਦਾ ਇਹਨਾਂ ਦੇ ਮਾਤਾ ਜੀ ਹੈਗੇ ਆ ਕਿੰਨੀ ਉਮਰ ਦੱਸੇ ਤੁਸੀਂ ਜੇ ਕੋਈ 75-80 ਸਾਲ 75 ਸਾਲ ਦੀ ਉਮਰ ਆ ਜੀ ਉਹਨਾਂ ਦਾ ਕਿਉਂ ਕੱਟਿਆ ਗਿਆ ਕੀ ਗੁਪਤ ਸਰਵੇ ਨਹੀਂ ਆਪਾਂ ਨੂੰ ਕੁਛ ਨਹੀਂ ਪਤਾ ਜੀ ਇਹਦੇ ਬਾਰੇ ਜੀ ਅੱਛਾ ਜੀ ਜਾਇਜ਼ ਵੀ ਕੱਟੇ ਜਾਂਦੇ ਆ ਨਜਾਇਜ਼ ਵੀ ਕੱਟੇ ਜਾਂਦੇ ਆ ਪਰ ਜੋ ਸਰਕਾਰ ਦੀ ਪਾਲਿਸੀ ਆ ਉਹ ਕਹਿੰਦੇ ਵੀ ਜਿਹੜੇ ਨਜਾਇਜ਼ ਕੱਟੇ ਜਾਂਦੇ ਆ ਉਹ ਬਣਨਗੇ ਅੱਛਾ ਜੀ ਇੱਕ ਡੀਪੂ ਹੋਲਡਰ ਸ਼ੁਰੂ ਤੋਂ ਹੀ ਨੀ ਬਣਿਆ ਇਹੀ ਪੁੱਛਣਾ ਵੀ ਕਾਹਤੋਂ ਨੀ ਬਣਦਾ ਸਾਡਾ ਮੈਨੂੰ ਪਤਾ ਹੈਗਾ ਤੇ ਅਸੀਂ ਫਾਰਮ ਭਰਕੇ ਇਹਦਾ 2 ਵਾਰੀ ਫਾਰਮ ਭਰੇ ਜੀ 2 ਵਾਰੀ ਭਰੇ ਜਦੋਂ ਵੀ ਕਿਤੇ ਫਾਰਮ ਭਰੀਦੇ ਆ ਉਹਦੇ ਭਰ ਫਾਰਮ ਭਰਨੇ ਪੈਂਦੇ ਹਰ ਵਾਰੀ ਅਸੀਂ ਪੈਸੇ ਦੇ ਦੇ ਵੀ ਭਰੇ ਦਾ 50-50 ਰੁਪਏ 100-100 ਰੁਪਏ ਪਰਿਵਾਰ ਚ ਕਿੰਨੇ ਜੀ ਆ 3 ਜੀ ਆ ਗੁੜੀਆ ਵਿਆਹੀ ਹੋਈ ਤੁਹਾਡੇ ਹਸਬੰਡ ਕੀ ਕੰਮ ਕਰਦੇ ਆ ਲੇਬਰੀ ਕਰਦੇ ਆ ਸਰ ਲੇਬਰੀ ਕਰਦੇ ਆ ਫੇਰ ਨਹੀਂ ਬਣਿਆ ਨਹੀਂ ਨਹੀਂ ਠੀਕ ਅਸੀਂ ਵੀ ਲੋਕਾਂ ਦੇ ਘਰਾਂ ਚ ਕੰਮ ਕਰਦੇ ਆ ਲੇਬਰ ਕਰਦੇ ਆ ਤੇ ਕੋਈ ਕਾਰਡ ਨਹੀਂ ਸਾਡਾ ਬੰਦ ਕੀ ਮੰਗੀ ਜਾਂਦੇ ਕੁਛ ਨਹੀਂ ਕਾਰਡ ਬਣ ਜਾਣ ਸਾਡੇ ਲੋਕਾਂ ਨੂੰ ਮਿਲਦੀ ਆ ਕਣਕ ਸਾਡਾ ਵੀ ਜਲ ਕਰਦਾ ਵੀ ਸਾਨੂੰ ਵੀ ਮਿਲੇ 15 ਕਿਲੋ ਜੀ ਦੇ ਹਿਸਾਬ ਨਾਲ ਪੂਰੀ ਆ ਜੀ ਪਹਿਲਾਂ ਕੱਟ ਹੋ ਕੇ ਆਉਂਦੇ ਸੀ ਪਹਿਲਾਂ ਕੱਟ ਹੋ ਕੇ ਪਿਛਲੀ ਵਾਰੀ ਆਇਆ ਇੱਕਤੀ ਪੂਰੀ ਆ ਐਤਕੀ ਕਿਤੇ ਪੂਰੀ ਤਾਂ ਨਹੀਂ ਕਰਤੀ ਇਹਨਾਂ ਨੇ ਜਿਹੜੇ ਕਾਰ ਕੱਟੇ ਗਏ ਪੂਰੀ ਹੋ ਗਈ ਬਸ ਕੋਈ ਦੇਖ ਲਓ ਜੀ ਇਹ ਹਿੱਸਾ ਨੂੰ ਹਿਸਾਬ ਤਾਂ ਪਤਾ ਸਰਕਾਰ ਦਾ ਕੀ ਆ ਠੀਕ ਹੈ ਨਾ ਐਤਕੀ ਕਣਕ ਪੂਰਾ ਘੋਟਾ ਹੈ ਸਾਰੇ ਪਿੰਡਾਂ ਦੇ ਵਿੱਚ
पूरे पंजाब। हाँ जी सरपंच साहब की कहना थोड़ा जी हुण इहदे विच किवें? मैं तो की कहना जी, मैं तो कहना इन्हां दे घरे जी कणक जावे जी, रोटी पानी इन्हां नूं मिले जी, कणक इन्हां नूं एती कणक आपां दे दईए जी इन्हां नूं, ठीक है ना? ठीक, इनकुआरी कर लैणा जे इन्हां नूं लग्गिआ, आपां कणक इन्हां दी मैं वापस करूंगा जी, जिन्नी भी दिंदे मैं वापस कर दूंगा जी। जिन्नी भी कटे गए जिन्नी भी बनती है जे लगे मैं पैसे दूंगा। ठीक है ना? चलो आप जो सरपंच साहब न गल की हैगी, जो पिंड दे जिन्हां नूं कणक मिली नहीं हैगी, वो कहिंदे वी असीं कणक इन्हां नूं दवाउणी है गरीबां नूं, जे कोई कार्ड कट्टिया गया हैगा उन्हां दे पैसे सरपंच साहब खुद भरनगे, जे बाई चांस जिन्हां दा कार्ड कट्टिया गया जां कोई की मामला हैगा उहदी जांच होनी चाहीदी आ। तुसीं वेखदे रहो रैगूलर ग्राउंड 24 न्यूज़ चैनल, मैं तुहाडा अपना राजगल, धन्नवाद जी।